ਸਤਿ ਸ਼੍ਰੀ ਅਕਾਲ ਜੀ, ਕਲੀਅਰ ਕਲੋਥ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾਵਾਂ ਦਾ ਤੁਹਾਡੇ ਆਪਣੇ ਚੈਨਲ ਕਲੀਅਰ ਕਲੋਥ ਹਾਊਸ ਪਟਿਆਲਾ ਤੇ ਬਹੁਤ ਬਹੁਤ ਸਵਾਗਤ ਹੈ ਜੀ। ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤੇ ਫਿਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਕਿਉਂਕਿ ਅਸੀਂ ਬਹੁਤ ਹੀ ਜੈਨੂਇਨ ਪ੍ਰਾਈਸ ਤੇ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸਵੇਰੇ 8:30 ਵਜੇ ਲੈ ਕੇ ਆਉਂਦੇ ਸੀ। ਤੇ ਹੁਣ ਅਸੀਂ ਤੁਹਾਡੀ ਰਿਕੁਐਸਟ ਦੇ ਉੱਤੇ ਬਹੁਤ ਸਾਰੀਆਂ ਰਿਕੁਐਸਟਾਂ ਆਈਆਂ ਕਿ ਟਾਈਮ ਚੇਂਜ ਕਰ ਦਿਓ। ਹੁਣ ਆਪਾਂ ਦੁਪਹਿਰੇ 12 ਵਜੇ ਲੈ ਕੇ ਆਇਆ ਕਰਾਂਗੇ, ਠੀਕ ਹੈ ਜੀ। ਤੇ ਕਿਉਂਕਿ ਸਾਰੀਆਂ ਭੈਣਾਂ ਦਾ ਸੀਗਾ ਵੀ ਸਾਨੂੰ ਸਾਡੇ ਕੰਮ ਦਰਾਈ ਹੁੰਦਾ, ਉਦੋਂ ਵੇਖੀ ਨਹੀਂ ਜਾਂਦੀ, ਫਿਰ ਸੂਟ ਨਿਕਲ ਜਾਂਦੇ ਨੇ। ਤਾਂ ਫਿਰ ਹੁਣ ਕੱਲ੍ਹ ਤੋਂ ਆਪਾਂ 12 ਵਜੇ ਤੋਂ ਲੈ ਕੇ ਆਵਾਂਗੇ, ਵਿਸਾਖੀ 'ਤੇ ਆਪਾਂ ਆਪਣਾ ਟਾਈਮ ਚੇਂਜ ਕਰਤਾ, ਠੀਕ ਹੈ ਜੀ। ਅਤੇ ਸਭ ਤੋਂ ਪਹਿਲਾਂ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ, ਠੀਕ ਹੈ ਜੀ। ਅੱਜ ਸ਼ੁਭ ਦਿਹਾੜਾ ਹੈ ਖਾਲਸਾ ਜੀ ਦੇ ਜਨਮ ਦਿਨ 'ਤੇ, ਅਸੀਂ ਤੁਹਾਡੇ ਲਈ ਬਹੁਤ ਲੈਸ 'ਤੇ ਤੁਹਾਨੂੰ ਅੱਜ ਸੂਟ ਦੇਣੇ, ਪਾਰਟੀ ਵੇਅਰ ਸੂਟ ਦੇਣੇ, ਸਾਰੇ ਦੇ ਸਾਰੇ ਬਹੁਤ ਲੈਸ 'ਤੇ ਦੇਣੇ, ਠੀਕ ਹੈ। ਤਾਂ ਸ਼ਿਪਿੰਗ ਇਸ ਤੋਂ ਫਿਰ ਮਿਲ ਲੈਣੀ, ਠੀਕ ਹੈ, ਮਤਲਬ ਅਸੀਂ ਸਟੋਕ ਕਲੀਅਰ ਕਰਨਾ ਹੈ, ਠੀਕ ਹੈ ਜੀ। ਅਤੇ ਬਾਕੀ ਜੇ ਤੁਸੀਂ ਸਾਡਾ ਚੈਨਲ ਅੱਜ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ, ਠੀਕ ਹੈ। ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ, ਜਿਹੜਾ ਤੁਹਾਨੂੰ ਸਕਰੀਨਸ਼ਾਟ ਲੈ ਕੇ ਭੇਜਣ ਵਾਸਤੇ ਨੰਬਰ ਚਾਹੀਦਾ ਉਹ ਆਏ, ਠੀਕ ਹੈ। ਤੁਸੀਂ ਸੂਟ ਦਾ ਸਕਰੀਨਸ਼ਾਟ ਲੈ ਕੇ ਭੇਜਣਾ ਜਿਹੜਾ ਤੁਹਾਨੂੰ ਪਸੰਦ ਹੋਵੇ, ਅਵੇਲੇਬਿਲਟੀ ਪਤਾ ਲੱਗਣ 'ਤੇ ਤੁਹਾਨੂੰ ਤੁਸੀਂ ਕੈਸ਼ ਔਨ ਡਿਲੀਵਰੀ ਸਾਡੇ ਕੋਲ ਕਿਸੇ ਮੈਥਡ ਦੇ ਨਾਲ ਪੇਮੈਂਟ ਕਰਨੀ ਹੈ। ਅਤੇ ਸੂਟ ਹਾਂਜੀ ਇੰਡੀਆ ਦੇ ਵਿੱਚ ਸਾਡੀ ਪੂਰੇ ਇੰਡੀਆ ਦੇ ਵਿੱਚ ਸ਼ਿਪਿੰਗ ਫਰੀ ਹੈ, ਅਤੇ ਡਿਲੀਵਰੀ ਅਸੀਂ ਪਿੰਡ ਸ਼ਹਿਰ ਹਰ ਜਗ੍ਹਾ ਹੁੰਦੀ ਹੈ ਸਾਡੀ, ਠੀਕ ਹੈ। ਵਰਲਡ ਵਾਈਡ ਸ਼ਿਪਿੰਗ ਕਰਦੇ ਹਾਂ ਅਸੀਂ। ਅਤੇ ਜੇ ਤੁਸੀਂ ਸੂਟ ਸ਼ੋਪ 'ਤੇ ਆਉਣਾ ਚਾਹੁੰਦੇ ਹੋ ਤਾਂ ਫਿਰ ਐਡਰੈਸ ਨੋਟ ਕਰ ਲਓ, ਕਲੀਅਰ ਕਲੋਥ ਹਾਊਸ, ਜੌੜੀਆਂ ਸੜਕਾਂ, ਨੇੜੇ ਢਿੱਲੋ ਹਨਵਰਡ, ਚੀਕੇ ਵਾਲਾ ਮੋੜ, ਪਟਿਆਲਾ, ਠੀਕ ਹੈ ਜੀ। ਸੰਡੇ ਸਾਡਾ ਔਫ ਹੁੰਦਾ ਹੈ, ਟਾਈਮ ਹੈ ਸਾਡਾ 10 ਤੋਂ 5, ਅਤੇ ਜਦੋਂ ਆਉਣਾ ਤਾਂ ਫੋਨ ਬਹੁਤ ਜ਼ਰੂਰੀ ਹੈ, ਉਹ ਜ਼ਰੂਰੀ ਕਰਕੇ ਆਉਣਾ, ਕਿਉਂਕਿ ਕਈ ਵਾਰੀ ਕੋਈ ਕੰਮ ਧੰਦਾ ਨਿਕਲਿਆ ਵੀ ਅੱਗੇ ਪਿੱਛੇ ਵੀ ਆਫ ਕਰਨਾ ਪੈ ਜਾਂਦਾ, ਇਸ ਕਰਕੇ ਤੁਸੀਂ ਆਓ ਅਤੇ ਅਸੀਂ ਲਈਏ, ਤਾਂ ਫੋਨ ਪੈਕ ਜ਼ਰੂਰੀ ਹੈ। ਅਤੇ ਅੱਜ ਆਪਾਂ ਤੁਹਾਨੂੰ ਪਾਰਟੀ ਵੀ ਸੂਟ ਦੇਣੇ ਹੈ, ਮਤਲਬ ਬਹੁਤ ਜ਼ਿਆਦਾ ਲੈਸ ਦੇ ਉੱਤੇ, ਬਹੁਤ ਜ਼ਿਆਦਾ ਲੈਸ ਦੇ ਉੱਤੇ ਦੇਣੇ ਤੁਹਾਨੂੰ, ਬਿਲਕੁਲ ਮਤਲਬ ਛੱਡਣ ਵਾਲਾ ਅੱਜ ਸੌਦਾ ਨਹੀਂ ਹੈ, ਠੀਕ ਹੈ। ਜਿਹੜੇ ਅਸੀਂ ਤੁਹਾਨੂੰ ਪ੍ਰਾਈਸ ਦੇਵਾਂਗੇ, ਆਪਾਂ ਪਹਿਲਾਂ ਵੀ ਤੁਹਾਨੂੰ ਇਹ ਡਿਸਕਾਊਂਟ 'ਤੇ ਇੱਕ ਦੋ ਵਿੱਚ ਸ਼ਾਇਦ ਕਿਤੇ ਵੀਡੀਓ 'ਚ ਦਿਖਾਏ ਵੀ ਹੋਣੇ ਆ, ਤਾਂ ਕਈ ਵਾਰੀ ਡਿਸਕਾਊਂਟ ਦੇ ਉੱਤੇ ਹੈ ਨਾ, ਜੇ ਕੋਈ ਸਾਡੇ ਫਿਰ ਵੀ ਬਚ ਗਈ ਹੋਈ ਆ ਤਾਂ ਅਸੀਂ ਉਹਨਾਂ 'ਤੇ ਸੁਪਰ ਡਿਸਕਾਊਂਟ ਦੇ ਦੇਣੇ ਅੱਜ ਤੁਹਾਨੂੰ, ਠੀਕ ਹੈ। ਇਹ ਹੈ ਜੀ ਔਰਗੈਂਜ਼ਾ ਦੇ ਉੱਤੇ, ਫੈਬਰਿਕ ਦੀ ਕਿਸੇ ਦੀ ਵੀ ਕੋਈ ਕੰਪਲੇਂਟ ਨਹੀਂ ਹੋਊ, ਠੀਕ ਹੈ। ਅਤੇ ਸਾਰਾ ਜਿਹੜਾ ਮਟੀਰੀਅਲ ਆ ਤੁਹਾਨੂੰ ਇਹ ਮਿਲਣਾ ਜੀ ਤੁਹਾਨੂੰ ਔਰਗੈਂਜ਼ਾ ਦੇ ਉੱਤੇ, ਠੀਕ ਹੈ। ਸੌਫਟ ਔਰਗੈਂਜ਼ਾ ਹੋਊਗਾ ਅਤੇ ਹੈਵੀ ਵਰਕ ਦੇਖੋ ਤੁਸੀਂ, ਠੀਕ ਹੈ। ਜਿਵੇਂ ਅੱਜ ਕੱਲ੍ਹ ਪੈਨਲ ਵਰਕ ਚੱਲ ਰਹੇ ਨੇ, ਦੇਖੋ ਪੂਰਾ ਹੈਵੀ ਵਰਕ ਹੈ ਇਹਨਾਂ ਦਾ, ਠੀਕ ਹੈ। ਲਓ ਜੀ ਡਬਲ ਡਾਈ ਹੈ, ਉੱਪਰੋਂ ਯੈਲੋ ਜਿਹਾ ਕਲਰ ਹੈ, ਗ੍ਰੀਨਿਸ਼ ਅਤੇ ਨੀਚੇ ਆ ਕੇ ਗ੍ਰੇ ਹੋ ਗਿਆ। ਅਤੇ ਇਹਦੀ ਐਂਡ ਟੂ ਐਂਡ ਜਿਹੜਾ ਵਰਕ ਹੈ ਉਹ 40 ਹੈ, ਇੱਥੋਂ ਲੈ ਕੇ ਇੱਥੋਂ ਤੱਕ, ਪਰ ਫੈਬਰਿਕ ਅੱਗੇ ਵੀ ਹੈਗਾ, 43 ਤੱਕ ਉੱਪਰ ਵੀ ਹੈਗਾ, 43, 44, 45 ਤੱਕ ਜਿੰਨਾ ਮਰਜ਼ੀ ਤੁਸੀਂ ਇਹਨੂੰ ਬਣਾ ਸਕਦੇ ਹੋ, ਠੀਕ ਹੈ। 43 ਤੱਕ ਤਾਂ ਜੇ ਤੁਸੀਂ ਇੱਥੋਂ ਮੋਢਾ ਵੀ ਬਣਾਉਣੇ ਆ ਤਾਂ ਵੀ ਬਣ ਜੂਗਾ 43-47। ਅਤੇ ਇਹਦੇ ਨਾਲ ਤੁਹਾਨੂੰ ਆਪਾਂ ਸਿਲਕ ਦੀ ਬੋਟਮ ਦੇਣੀ ਹੈ, ਉਹਦੇ ਉੱਤੇ ਵੀ ਵਰਕ ਹੈ, ਆਹ ਸਿਲਕ ਦੀ ਬੋਟਮ ਹੋਊਗੀ, ਉਹਦੇ ਉੱਤੇ ਵੀ ਵਰਕ ਹੋਊਗਾ, ਚਾਹੇ ਤੁਸੀਂ ਪਲਾਜ਼ੋ ਬਣਾਓ ਚਾਹੇ ਸਲਵਾਰ ਬਣਾਓ, ਠੀਕ ਹੈ। 3 ਮੀਟਰ, ਠੀਕ ਹੈ ਜੀ। ਅਤੇ ਨਾਲ ਇਹਦੇ ਔਰਗੈਂਜ਼ਾ ਦਾ ਹੀ ਹੋਊਗਾ ਦੁਪੱਟਾ, ਉਹਦੇ ਉੱਤੇ ਵੀ ਵਰਕ ਹੋਊਗਾ, ਡਬਲ ਡਾਈ ਦਾ ਹੀ ਹੋਊਗਾ, ਠੀਕ ਹੈ। ਖੁੱਲ੍ਹਾ ਦੁਪੱਟਾ ਹੈ, ਲਓ ਲੰਬਾ ਚੌੜਾ, ਠੀਕ ਹੈ। ਅਤੇ ਦੋਨੋਂ ਸਾਈਡ ਹੈਵੀ ਵਰਕ, ਠੀਕ ਹੈ। ਅਤੇ ਪ੍ਰਾਈਸ ਮਿਲਣਾ ਤੁਹਾਨੂੰ ਇਹਦਾ ਅੱਜ 1500 ਰੁਪਏ 'ਚ ਦੇਣਾ, ਠੀਕ ਹੈ। ਜਸਟ ਪਿੱਕ ਹੈ, 1500 ਰੁਪਏ 'ਚ ਸੂਟ ਤੁਹਾਡੇ ਘਰ। ਅਗਲਾ ਸੂਟ ਹੈਂਡ ਵਰਕ ਦਾ ਹੈ, ਬਹੁਤ ਪਿਆਰਾ ਕਲਰ ਹੈ,
5 ਮੀਟਰ ਰਨਿੰਗ ਦੇ ਵਿੱਚ ਸਿਲਕ ਦੇ ਉੱਤੇ ਸੂਟ ਹੈ, ਠੀਕ ਹੈ, ਤੇ ਹੈਂਡ ਵਰਕ ਹੋਇਆ ਵਿਆ, ਠੀਕ ਹੈ, ਸਟਾਈਲ ਦੇ ਵਿੱਚ ਹੋਇਆ, ਗਲੇ ਤੋਂ ਲੈ ਕੇ ਇੱਕ ਸਾਈਡ ਨੂੰ ਡੇਲ ਜਾਂਦੀ ਹੈ। ਲੈਂਥ ਤੁਹਾਨੂੰ ਇਹ ਵੀ ਦੱਸ ਦਿੰਦੀ, 41 ਐਂਡ ਟੂ ਐਂਡ ਇਹਦੇ 'ਤੇ ਵਰਕ ਹੋਇਆ ਵਿਆ, ਪਰ ਨੀਚੇ ਵੀ ਫੈਬਰਿਕ ਪਲੱਸ ਹੈਗਾ, ਠੀਕ ਹੈ, ਅਤੇ ਤੁਸੀਂ ਇਹਨੂੰ ਮਤਲਬ ਪਲੱਸ ਬਣਾ ਸਕਦੇ ਹੋ ਲੈਂਥ ਦੀ, ਨੀਚੇ ਤੁਸੀਂ ਕੋਈ ਲੇਸ ਲੂਸ ਲਾ ਕੇ ਹੋਰ ਵੀ ਵੱਧ ਕਰ ਸਕਦੇ ਹੋ। 41 ਹੈ, ਠੀਕ ਹੈ, ਇੱਕ ਸਾਈਡ 'ਤੇ ਬੇਲ ਬਣੀ ਹੈ, ਹੈਂਡ ਵਰਕ ਦਾ ਸੂਟ ਹੈ, ਵਿੱਚ ਇਹਦੇ ਇਸ ਤਰ੍ਹਾਂ ਡੋਟਸ ਬਣੇ ਹੈ, ਪੂਰਾ ਹੈਵੀ ਵਰਕ ਹੈ, ਠੀਕ ਹੈ, ਕੁੰਦਨ ਦਾ ਵਰਕ ਹੈ ਨਾਲ ਦਬਕੇ ਦਾ, ਸਾਰਾ ਬਹੁਤ ਸੋਹਣਾ ਕੰਮ ਹੋਇਆ ਵਿਆ। 5 ਮੀਟਰ ਰਨਿੰਗ ਦੇ ਵਿੱਚ ਸੂਟ ਹੋਊਗਾ ਸਿਲਕ ਦਾ, ਅਤੇ ਇਹ ਵੀ ਤੁਹਾਨੂੰ ਅੱਜ ਦੇਣਾ ਆਪਾਂ 1450 ਰੁਪਏ 'ਚ, 1450 'ਚ ਵਿਦਆਊਟ ਦੁਪੱਟਾ ਹੈਂਡ ਵਰਕ ਦਾ ਸੂਟ। ਲਓ ਜੀ ਇੱਕ ਸੂਟ ਹੋਰ ਦੇਖੋ, ਰੈੱਡ ਦੇ ਨਾਲ ਸਲਵਾਰ ਹੋਊਗੀ ਸਿਲਕ ਦੀ। ਲਓ ਜੇ ਤੁਸੀਂ ਰੀਸੈਲਰ ਵੀ ਹੋ ਨਾ, ਤਾਂ ਵੀ ਤੁਸੀਂ ਇਹਨਾਂ ਨੂੰ ਆਰਾਮ ਨਾਲ ਵੱਧ ਰੇਟ 'ਤੇ ਵੇਚ ਸਕਦੇ ਹੋ, ਕਿਉਂਕਿ ਇਹਨਾਂ ਦੇ ਪ੍ਰਾਈਸਿਸ ਤਾਂ ਸੀਗੇ ਹੀ ਜ਼ਿਆਦਾ, ਹੁਣ ਅਸੀਂ ਇਹ ਸਟੋਕ ਕਲੀਅਰ ਕਰ ਰਹੇ ਹਾਂ, ਤਾਂ ਕਰਕੇ ਅੱਜ ਤੁਹਾਨੂੰ ਵਿਸਾਖੀ ਦੇ ਮੌਕੇ 'ਤੇ ਹੈਵੀ ਸੇਲ ਦੇ ਦਿੱਤੀ। ਲਓ ਜੀ ਇਹ ਤੁਹਾਨੂੰ ਮਿਲ ਰਿਹਾ ਔਰਗੈਂਜ਼ਾ ਦੇ ਉੱਤੇ, ਪਿਓਰ ਔਰਗੈਂਜ਼ਾ ਹੋਊਗਾ, ਬਿਲਕੁਲ ਸੌਫਟ, ਠੀਕ ਹੈ, ਕਲਰ ਤੁਸੀਂ ਦੇਖ ਲਿਆ ਕਲਰ ਆਊਗਾ, ਠੀਕ ਹੈ, ਆਹ ਵਾਲਾ ਕਲਰ ਆਊਗਾ ਜਦੋਂ ਲਾਈਨਿੰਗ ਲੱਗੂਗੀ ਥੱਲੇ। ਇਹ ਇਹਦੀ ਰੈੱਡ ਕਲਰ ਦੀ ਸਲਵਾਰ ਹੈ, ਅਤੇ ਮੋਰਾਂ ਦਾ ਇਹਦੇ ਉੱਤੇ ਡਿਜ਼ਾਈਨ ਬਣਿਆ ਵੀ ਹੈ, ਠੀਕ ਹੈ, ਅਤੇ ਨਾਲ ਪੂਰਾ ਖੂਬਸੂਰਤ ਕੰਮ ਹੋਇਆ ਵਾ ਨਲਕੀ ਦਾ ਅਤੇ ਹੋਰ, ਅਤੇ ਨਾਲ ਇਹਦੇ ਜਿਹੜਾ ਦੁਪੱਟਾ ਦੇਣਾ ਆਪਾਂ ਤੁਹਾਨੂੰ ਪਿਓਰ ਦਾ ਦੁਪੱਟਾ, ਅਤੇ ਉਹਦੇ ਉੱਤੇ ਵੀ ਹੈਵੀ ਵਰਕ, ਠੀਕ ਹੈ, ਮੋਰ ਪੂਰੇ ਦੋਨੋਂ ਸਾਈਡਾਂ 'ਤੇ ਬਣੇ ਹੋਏ ਹੈ, ਅਤੇ ਨਾਲ ਇੱਕ ਬੇਲ ਜਾ ਰਹੀ ਹੈ, ਪਿਓਰ ਦਾ ਦੁਪੱਟਾ ਹੋਊਗਾ, 2.25 ਮੀਟਰ ਮੰਨ ਕੇ ਚੱਲਿਓ, ਠੀਕ ਹੈ, ਪਲੱਸ ਹੋ ਸਕਦਾ ਪਰ ਤੁਸੀਂ 2 ਮੰਨ ਕੇ ਚੱਲਣਾ ਇਹਨੂੰ, ਅਤੇ ਇਹ ਤੁਹਾਨੂੰ ਮਿਲੂਗਾ ਜੀ 1400 ਰੁਪਏ 'ਚ, ਠੀਕ ਹੈ, 1400 'ਚ ਜਸਟ ਪਿੱਕ ਆਈਟਮ ਹੈ ਅੱਜ ਤਾਂ, ਬਿਲਕੁਲ ਹੀ ਮਤਲਬ ਅਸੀਂ ਆਪਦੇ ਕੋਲੋਂ ਪੱਲੇ ਪਾ ਕੇ ਤੁਹਾਨੂੰ ਡਿਸਕਾਊਂਟ ਦਿੱਤਾ ਹੈ, ਮਤਲਬ ਸਾਰੀ ਲਾਗ ਮੁੱਲ ਤੋਂ ਵੀ ਥੱਲੇ ਤੱਕ ਦੇ ਦਿੱਤਾ ਤੁਹਾਨੂੰ ਅੱਜ ਅਸੀਂ, ਠੀਕ ਹੈ। ਲਓ ਇਹ ਵੀ ਸਿਲਕ ਦੇ ਉੱਤੇ ਹੈ, ਉਹ ਬੜਾ ਸਿਲਕ ਦਾ ਸੂਟ ਹੈ, ਅਤੇ ਆਹ ਸਾਰਾ ਇਹਦੇ ਉੱਤੇ ਹੈਂਡ ਵਰਕ ਕੰਮ ਮਸ਼ੀਨ ਵਰਕ ਹੋਇਆ ਵਾ ਦੇਖੋ, ਠੀਕ ਹੈ, ਅਤੇ ਫਿਰ ਨੀਚੇ 2 ਪੈਨਲ ਜਾ ਰਹੇ ਨੇ, ਗਲੇ 'ਤੇ ਹੈਵੀ ਵਰਕ ਹੈ, ਠੀਕ ਹੈ, ਲੈਂਥ ਇਹਨਾਂ ਦੀ ਉਹੀ 43-44 ਹੁੰਦੀ ਬਣਦੀ ਹੁੰਦੀ ਹੈ, ਹੈ ਨਾ, ਆਰਾਮ ਨਾਲ ਬਣ ਜੂਗੀ ਇੰਨੀ, ਅਤੇ ਇੱਧਰ ਆ ਗਈਆਂ ਬਾਹਾਂ, ਅਤੇ ਨਾਲ ਇਹਦੇ ਕੰਟਰਾਸਟ ਦੁਪੱਟਾ ਹੈ ਚਨਾਮ ਦਾ, ਠੀਕ ਹੈ, ਹਲੋ 2.5 ਮੀਟਰ ਦਾ ਹੋਊਗਾ, ਅਤੇ ਇਹਦੇ ਵਿੱਚ ਇਹਦੇ ਨਾਲ ਮੈਚਿੰਗ ਹੈ ਜਿਹੜਾ ਇੱਥੇ ਵਰਕ ਹੋਇਆ ਹੋਇਆ, ਇਹਦੇ ਨਾਲ ਕੰਟਰਾਸਟ ਦੁਪੱਟਾ ਦੇ ਰਹੇ ਤੁਹਾਨੂੰ, ਅਤੇ ਇਹਦਾ ਪ੍ਰਾਈਸ ਆਪਾਂ ਤੁਹਾਨੂੰ ਦੇਣਾ ਹੈ 1800 ਰੁਪਈਆ, ਇਹ ਤੁਹਾਨੂੰ 1800 ਰੁਪਏ ਦੇਣਾ ਹੈ ਵਿਦ ਦੁਪੱਟਾ ਚਨਾਮ ਦਾ। ਇੱਕ ਕਲਰ ਹੋਰ ਹੈ ਜੀ, ਇਹਦੇ 'ਚ ਇੱਕ ਕਲਰ ਹੋਰ ਹੈ, ਲਓ ਜੀ ਇਹ ਕਲਰ ਹੈ ਪਟੋਲ ਕਲਰ, ਠੀਕ ਹੈ, ਅਤੇ ਉਹਦੇ ਉੱਤੇ ਹੀ ਜੇ ਤੁਸੀਂ ਦੇਣ ਲੈਣ ਲਈ ਵੀ ਸਾਲ 'ਚ ਵੀ ਵਿਆਹ ਕਰਨਾ ਨਾ, ਕਿਉਂਕਿ ਇਹਨਾਂ ਨੂੰ ਕੁਛ ਹੁੰਦਾ ਤਾਂ ਹੁੰਦਾ ਨਹੀਂ, ਕੱਪੜਿਆਂ ਨੂੰ ਆਪਣੇ ਕੋਲ ਅਲਮਾਰੀ 3-4 ਸਾਲ ਸੂਟ ਪਏ ਰਹਿੰਦੇ, 5-5 ਸਾਲ, ਠੀਕ ਹੈ, ਅਤੇ ਚਨੌਨ ਦੇ ਦੁਪੱਟੇ ਆ ਗਈ, ਬੜੀ ਸੋਹਣੀ ਕਲੈਕਸ਼ਨ ਨਾ ਤੁਹਾਡੀ ਰੈਡੀ ਹੋ ਜਾਂਦੀ ਆ, ਲਓ ਜਿਵੇਂ ਮਰਜ਼ੀ ਤੁਸੀਂ ਗਿਫਟ ਕਰੋ, ਹੈਂਡ ਵਰਕ ਪਲੱਸ ਮਸ਼ੀਨ ਵਰਕ ਦੋਨੋਂ ਹੈ ਇਹਦੇ 'ਚ, ਠੀਕ, ਅਤੇ ਗਰਲਿਸ਼ ਲੁੱਕ ਦੇ ਸੂਟ ਨੇ ਵੈਸੇ ਵੀ, ਅਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ 1400 ਰੁਪਈਆ, ਮਤਲਬ 2 ਸੂਟ 2800 'ਚ ਮਿਲ ਜਾਂਦੇ ਜੀ, ਸੇਮ ਹੈ, ਠੀਕ ਹੈ, ਅਤੇ ਅਗਲਾ ਸੂਟ ਤੁਹਾਨੂੰ ਦਿੰਦੇ ਹਾਂ ਆਪਾਂ, ਲਓ ਜੀ ਇਹ ਆਪਾਂ ਨੂੰ ਮਿਲੂਗਾ ਜੀ, ਕਰੇਪ ਦੇ ਉੱਤੇ ਸ਼ਰਟ ਹੈ, ਠੀਕ ਹੈ, ਦੇਖੋ ਕਰੇਪ ਦੀ ਸ਼ਰਟ ਹੈ ਇਹ, ਅਤੇ ਇਹਦਾ ਬਾਜੂ ਦਾ ਫੈਬਰਿਕ ਅਲੱਗ ਤੋਂ, ਠੀਕ ਹੈ, ਅਤੇ ਸਾਰੇ ਦੇ ਉੱਤੇ ਥਰੈਡ ਵਰਕ ਪਲੱਸ ਆ ਇੱਕ ਲਸ਼ ਲਸ਼ ਕਰਦੀ ਜਿਹੜੀ ਲੱਗੀ ਹੋਈ ਹੈ ਆਪਣੀ ਸਰਵੋਸਕੀ, ਹਾਂ ਸਰਵੋਸਕੀ ਲੱਗੀ ਹੋਈ ਹੈ, ਠੀਕ ਹੈ, ਅਤੇ ਇੱਕ ਵਰਕ ਵਾਲੀ ਪੱਟੀ ਉੱਪਰ, ਫਿਰ ਨੀਚੇ ਘੇਰੇ ਦੇ ਉੱਤੇ ਵੀ ਵਰਕ ਵਾਲੀ ਪੱਟੀ ਲੱਗੀ ਹੋਈ ਹੈ, ਠੀਕ ਹੈ, ਲੰਬਾਈ ਚੜਾਈ ਮੈਂ ਤੁਹਾਨੂੰ ਦੱਸ ਦਿੰਦੀ ਹਾਂ, ਠੀਕ ਹੈ, ਸ਼ਰਟ ਨੂੰ ਜਿਹੜੀ ਚੜਾਈ ਦਿੱਤੀ ਹੈ ਉੰਨੀ ਉਹ ਤੁਹਾਡੀ ਬਣਨੀ ਹੈ,
27 तक इहदी चढ़ाई है। ठीक है, ते लेंथ भी दस दिनी तुहानू, लेंथ इहदी बन जूगी थोड़ी 46, चढ़ाई मैं तुहानू दसती, लंबाई दसती। ठीक है, क्रेप की शर्ट बननी है थोड़ी, ते नाल ਇਹ ਹੈਗੀ ਹੈ ਜੀ ਰੇਓਨ ਦੇ ਪਿਓਰ ਰੇਓਨ ਦੀ ਬੋਟਮ। ਠੀਕ ਹੈ, ਜਿਹੜੀ 2.5 ਤੁਸੀਂ ਮਿਨੀਮਮ ਮੰਨ ਲਿਓ, 3 ਹੋਊਗੀ ਮੇਰੇ ਖਿਆਲ ਚ, ਪਰ ਤੁਸੀਂ 2.5 ਮੰਨ ਕੇ ਚੱਲਣੀ ਹੈ ਕਿਉਂਕਿ ਮੈਂ ਮਿਣੀ ਨਹੀਂ ਗੀ। ਠੀਕ ਹੈ, ਤੇ ਨਾਲ ਇਹਦੇ ਹਾਫ ਪਿਓਰ ਦਾ ਦੁਪੱਟਾ ਹੈ। ਠੀਕ ਹੈ, ਥੋੜਾ ਜਿਹਾ ਇਕੱਠਾ ਜਿਹਾ ਹੋਇਆ ਹੋਇਆ, ਜਦੋਂ ਤੁਸੀਂ ਪ੍ਰੈਸ ਕਰਨਾ ਤੇ ਨਹੀਂ ਖੁੱਲ ਜਾਣਾ ਹੈ। ਠੀਕ ਹੈ, ਤੇ ਨਾਲ ਇਹਦੇ ਸਿਰਫ ਲੜਾਂ ਦੇ ਉੱਤੇ ਇਹ ਗੋਟਾ ਲੱਗਿਆ ਹੋਇਆ, ਤੇ ਇਹ ਤੁਹਾਨੂੰ ਦੇਣਾ ਆਪਾਂ 1000 ਰੁਪਏ ਚ। 1000 ਰੁਪਏ ਚ ਬਹੁਤ ਪਿਆਰੀ ਚੀਜ਼ ਹੈ, 1000 ਚ ਬਿਲਕੁਲ ਫ੍ਰੀ ਵਾਲਾ ਸੌਦਾ ਹੈ। 1000 ਰੁਪਏ ਦਾ ਸੂਟ ਤੁਹਾਨੂੰ ਦੇਣਾ ਅੱਜ ਅਸੀਂ। ਇਹ ਵੀ ਆਪਾਂ ਸਿਲਕ ਤੇ ਦੇਣੇ ਹੈ, ਹੈਂਡ ਵਰਕ ਦਾ ਸੂਟ ਹੈ, ਵਿਦ ਦੁਪੱਟਾ ਹੋਊਗਾ, 5 ਮੀਟਰ ਰਨਿੰਗ ਦੇ ਵਿੱਚ, ਟਮਾਟਰੀ ਰੈਡ ਕਲਰ ਹੈ। ਠੀਕ ਹੈ, ਸਾਰੇ ਦੇ ਉੱਤੇ ਪਲਸ ਦਾ ਕੰਮ ਹੋਇਆ ਹੋਇਆ, ਦਬਕਾ ਤੇ ਪਲਸ, ਜਾਂ ਮੋਤੀ ਦਾ ਕੰਮ ਹੈ ਜਾਂ ਦਬਕੇ ਦਾ। ਦੇਖੋ ਪੂਰਾ ਪੱਤੀਆਂ ਦੇ ਉੱਤੇ ਹੈਵੀ ਦਬਕੇ ਦਾ ਕੰਮ ਹੈ ਤੇ ਨਾਲ ਮੋਤੀਆਂ ਦਾ ਕੰਮ ਹੋਇਆ ਹੋਇਆ। ਇੱਧਰ ਬਾਜੂ ਆ ਗਏ ਹੈਵੀ। ਠੀਕ ਹੈ, 5 ਮੀਟਰ ਰਨਿੰਗ ਦੇ ਵਿੱਚ 5 ਫੁੱਲ ਤੁਹਾਨੂੰ ਮਿਲ ਰਹੇ ਹੈ ਘੇਰੇ ਦੇ ਉੱਤੇ, ਪੂਰੀ ਸ਼ਰਟ ਆ, ਪੂਰੀ ਸ਼ਰਟ ਭਰੀ ਹੋਈ ਹੈ। ਠੀਕ ਹੈ, ਤੇ ਪਲੱਸ ਇਹਦੇ ਨਾਲ ਚਨੌਨ ਦਾ ਦੁਪੱਟਾ ਹੈ, ਉਹਦੇ ਵਿੱਚ ਵੀ ਸਾਰੇ ਦੇ ਵਿੱਚ ਬੂਟੀ ਹੈ। ਠੀਕ ਹੈ, ਤੇ ਨਾਲ ਇਹ ਕੰਨੀਆਂ ਦੇ ਉੱਤੇ ਇਸ ਤਰ੍ਹਾਂ। ਠੀਕ ਹੈ, ਆਲਮੋਸਟ ਇਹ 2.5 ਦੇ ਨੇੜੇ ਹੋਊਗਾ ਦੁਪੱਟਾ, ਹਾਂਜੀ, ਉਂਗਲ ਦੀ ਭਾਵੇਂ ਘੱਟ ਹੋਵੇ। ਠੀਕ ਹੈ, ਖੁੱਲਾ ਹੋਊਗਾ, ਪਾਰਟੀ ਵੀ ਸੂਟ ਹੈ ਪ੍ਰੋਪਰ, ਤੇ ਇਹ ਆਪਾਂ ਤੁਹਾਨੂੰ ਦੇਣਾ ਹੈ 2000 ਚ। 2000 ਚ, ਠੀਕ ਹੈ, 2000 ਚ ਹੈਂਡ ਵਰਕ ਦਾ ਸੂਟ ਤੁਹਾਡੇ ਘਰ ਆਉਣਾ ਹੈ, ਵਿਦ ਦੁਪੱਟਾ ਸਿਲਕ ਦਾ। ਹੁਣ ਤੁਹਾਨੂੰ ਇਹਦੇ ਚ ਇੱਕ ਕਲਰ ਹੋਰ ਦੇ ਦਿੰਦੇ ਹਾਂ, ਤੇ ਫੈਬਰਿਕ ਦੀ ਤੁਸੀਂ ਬਿਲਕੁਲ ਕੋਈ ਡਾਊਟ ਨਹੀਂ ਕਰਨਾ ਗਾ, ਪ੍ਰੋਪਰ ਫੈਬਰਿਕ ਜੋ ਅਸੀਂ ਐਕਸਪਲੇਨ ਕਰ ਰਹੇ ਹਾਂ ਉਹੀ ਆਊਗਾ। ਇਹ ਵੀ ਆਪਣਾ ਸਿਲਕ ਦੇ ਉੱਤੇ ਹੀ ਹੈ, ਇਹ ਹੈਗਾ ਜੀ ਫਿਰੋਜ਼ੀ ਕਲਰ, ਹਾਂ ਫਿਰੋਜ਼ੀ ਕਲਰ ਹੈ, ਉਵੇਂ ਸੇਮ ਇਹਦੇ ਉੱਤੇ ਵੀ ਉਹੀ ਵਰਕ ਹੋਇਆ ਹੋਇਆ, ਹੈਂਡ ਵਰਕ ਦਾ ਕੰਮ ਸਾਰਾ, ਤੇ ਪਲੱਸ ਇਹਦੇ ਨਾਲ ਔਰਗੈਂਜ਼ਾ ਦਾ ਦੁਪੱਟਾ ਹੈ। ਠੀਕ ਹੈ, ਇਹਦਾ ਦੁਪੱਟਾ ਔਰਗੈਂਜ਼ਾ ਦਾ ਹੋਊਗਾ, ਸੌਫਟ ਆ, ਹਾਂ ਤੇ ਹਲ। ਠੀਕ ਹੈ, ਤੇ ਉਹ ਹੋਊਗਾ ਚਨੌਨ ਦਾ। ਠੀਕ ਹੈ ਜੀ, ਪ੍ਰਾਈਸ ਸੇਮ ਹੈ ਦੋਵਾਂ ਦਾ, ਇਹ ਵੀ ਅਸੀਂ ਤੁਹਾਨੂੰ ਦੇਣਾ ਹੈ 2000। ਠੀਕ ਹੈ, ਓਰੀਜਨਲ ਪ੍ਰਾਈਸ ਇਹਨਾਂ ਦੀ 3500-3500 ਤੱਕ ਵੀ ਸੀਗੀ, ਹੁਣ ਮੈਂ ਤੁਹਾਨੂੰ ਦੱਸਿਆ ਵੀ ਸੀ, ਸਟਾਕ ਕਲੀਅਰ ਕਰ ਰਹੀ ਹੈ। ਲਓ ਜੀ ਅਗਲਾ ਸੂਟ ਦੇਖੋ, ਵਾਸ਼ੇਬਲ ਕਰੇਪ ਜਿਹੜੀ ਹੁੰਦੀ ਹੈ, ਤੇ ਉਹਦੇ ਉੱਪਰ ਇਸ ਤਰ੍ਹਾਂ ਸਾਰੇ ਸੂਟ ਦੇ ਉੱਤੇ ਡੋਟਸ ਬਣੇ ਹੋਏ ਨੇ ਤਿੱਲੇ ਦੇ। ਠੀਕ ਹੈ, ਤੇ ਫੇਰ ਘੇਰਾ ਬਣਿਆ ਹੈਵੀ, ਲਓ ਹੈਵੀ ਘੇਰਾ ਬਣਿਆ ਹੋਇਆ। ਠੀਕ ਹੈ, ਘੇਰੇ ਦੀ ਚੌੜਾਈ ਦੱਸ ਦਿੰਦੀ ਕਿੰਨੀ, 25 ਐਂਡ ਟੂ ਐਂਡ 25 ਇਹਦੇ 'ਤੇ ਬਣਿਆ ਹੋਇਆ, 24-25 ਤੱਕ, 25-25 ਤੱਕ ਥੋੜ੍ਹਾ ਘੇਰਾ ਬਣ ਜੂਗਾ। ਮੂਵ ਕਲਰ ਹੈ, ਲਾਈਟ ਮੂਵ। ਠੀਕ ਹੈ, ਸਫਾਈ ਨਾਲ ਕੰਮ ਹੋਇਆ ਹੋਇਆ, ਮਸ਼ੀਨ ਵਰਕ ਹੈ। ਠੀਕ ਹੈ, ਜਰੀ ਵਰਕ, ਅਤੇ ਇਹਦੇ ਦੁਪੱਟੇ 'ਤੇ ਦੇਖੋ, ਚਨੌਨ ਦਾ ਦੁਪੱਟਾ ਹੈ, ਅਤੇ ਉਹਦੇ ਉੱਤੇ ਐਡਾ ਹੈਵੀ ਇੱਕ ਪਾਸੇ ਬਾਰਡਰ ਹੈ, ਅਤੇ ਇੱਕ ਪਾਸੇ ਇਹ ਵਾਲਾ ਬਾਰਡਰ ਹੈ, ਅਤੇ ਵਿੱਚ ਸਾਰੇ 'ਚ ਇੱਦਾਂ ਨੇ। ਠੀਕ ਹੈ, ਅਤੇ ਫੈਬਰਿਕ ਦੀ ਲਸਟਰ ਤੁਹਾਡੇ ਕੋਲ ਆ ਗਈ, ਦੁਪੱਟਾ ਬਹੁਤ ਸੋਹਣਾ ਲੱਗਿਆ ਹੋਇਆ ਇਹਨੂੰ, ਲਾਈਟ ਵੇਟ ਬਿਲਕੁਲ, ਅਤੇ ਪ੍ਰਾਈਸ ਮਿਲਣਾ ਤੁਹਾਨੂੰ ਇਹਦਾ 1500 ਰੁਪਈਆ, 1500 'ਚ ਸੂਟ ਤੁਹਾਡੇ ਘਰ। ਲਓ ਜੀ ਅਗਲਾ ਕਲਰ ਦੇਖੋ, ਪੀਚ, ਅਤੇ ਉਹਦੇ ਉੱਪਰ ਬਨਾਰਸੀ ਵਰਕ, ਆ ਬਨਾਰਸੀ ਬੂਟੀ ਹੈ ਜਿਹੜੀ ਇਹਦੇ ਵਿੱਚ। ਠੀਕ ਹੈ, ਅਤੇ ਨਾਲ ਇਹ ਵੀ ਸਾਰਾ ਬਨਾਰਸੀ ਬੁਣਤੀ ਦੇ ਵਿੱਚ ਹੋਊਗਾ ਫੁੱਲ, ਅਤੇ ਉੱਤੇ ਹੈ ਵੀ ਸਰਬੋਸਕੀ। ਠੀਕ ਹੈ, ਅਤੇ ਲੈਂਥ ਇਹਨਾਂ ਦੀ ਵੈਸੇ ਦੱਸ ਦਿੰਦੀ, 4500 ਤੱਕ ਇਹਨਾਂ ਦੀ ਤੁਹਾਡੀ ਲੈਂਥ ਰੈਡੀ ਹੋ ਜਾਣੀ ਮੈਂ ਮਿਲਣ ਲਈ, ਅਤੇ ਘੇਰਾ ਵੀ ਬਹੁਤ ਹੈ ਇਹਦਾ, ਜਿਹੜੀ ਆਪਾਂ ਤੁਹਾਨੂੰ ਸ਼ਰਟ ਦੀ ਚੌੜਾਈ ਦੇਣੀ ਹੈ ਉਹ 33 ਹੈ। ਠੀਕ ਹੈ, ਅਤੇ ਬਾਹਾਂ ਦਾ ਐਕਸਟਰਾ ਫੈਬਰਿਕ ਨਾਲ। ਠੀਕ ਹੈ,
ਤੇ ਜਿਹੜੀ ਹੈਗੀ ਹੈ ਕਰੇਪ, ਹਾਂਜੀ ਠੀਕ ਹੈ, ਬਨਾਰਸੀ ਕਰੇਪ ਦਾ ਸੂਟ ਹੈ ਤੇ ਨਾਲ ਇਹ ਇਹਦਾ ਰਿਓਨ ਦਾ ਬੋਟਮ ਹੈ, ਠੀਕ ਹੈ, ਤੇ ਇਹ ਆ ਗਿਆ ਇਹਦਾ ਪਿਓਰ ਦਾ ਦੁਪੱਟਾ ਜਿਹਨੂੰ ਤੁਸੀਂ ਸਵਾ ਦੋ ਮੰਨ ਕੇ ਚੱਲਣਾ ਹੈ, ਤੇ ਇਹਦੇ ਵਿੱਚ ਇਸ ਤਰ੍ਹਾਂ ਆ ਕੁੰਡੀਆਂ ਕੁੰਡੀਆਂ ਜਿਹੀਆਂ ਦਾ ਬਣਿਆ, ਠੀਕ ਹੈ, ਸਾਰੇ ਦੇ ਵਿੱਚ, ਤੇ ਗੋਟਾ ਫੋਰ ਸਾਈਡ ਲੱਗਿਆ ਹੋਇਆ, ਠੀਕ ਹੈ, ਪ੍ਰਾਈਸ ਮਿਲੂਗਾ ਤੁਹਾਨੂੰ 1000 ਰੁਪਇਆ, 1000 ਦੇ ਵਿੱਚ ਸੂਟ ਤੁਹਾਡੇ ਘਰ। ਤੁਹਾਨੂੰ ਹੋਰ ਅਸੀਂ ਵਾਸ਼ੇਬਲ ਕਰੇਪ ਤੇ ਹੀ ਦੇਣਾ ਹੈ। ਇਹ ਸੂਟ ਨਾ ਸਾਡੇ ਬਹੁਤ ਸਾਰੀਆਂ ਰਿਕੁਆਇਰਮੈਂਟਸ ਪੂਰੀਆਂ ਕਰਦੇ ਹੁੰਦੇ ਆ, ਬਹੁਤ ਸਾਰੀਆਂ ਥਾਵਾਂ ਐਸੀਆਂ ਹੁੰਦੀਆਂ ਜਿੱਥੇ ਸਾਨੂੰ ਇਸ ਤਰ੍ਹਾਂ ਦੀਆਂ ਆਈਟਮਾਂ ਚਾਹੀਦੀਆਂ ਹੁੰਦੀਆਂ, ਠੀਕ ਹੈ, ਤੇ ਅੱਜ ਤੁਹਾਨੂੰ ਬਹੁਤ ਜ਼ਿਆਦਾ ਜੇ ਉਹਨੂੰ ਪ੍ਰਾਈਸ 'ਤੇ ਦੇ ਰਹੀ ਹਾਂ। ਇਹਦੇ ਵਿੱਚ ਫਾਲਸ ਮਿਰਰ ਵਰਕ ਵਾਂਗੂ ਗੋਟਾ ਪੱਤੀ ਦਾ ਕੰਮ ਹੈ, ਇਹ ਜਿਵੇਂ ਫਾਲਸ ਮਿਰਰ ਬਣਾਏ ਹੋਣ ਹੈ ਗੋਟਾ ਪੱਤੀ, ਅਤੇ ਵਿੱਚ ਫਿਰ ਨੀਚੇ ਆ ਕੇ ਇਹ ਆਰੀ ਵਰਕ ਪਲੱਸ ਥਰੈਡ ਵਰਕ ਅਤੇ ਨਾਲ ਸਰੋਸਕੀ, ਠੀਕ ਹੈ, ਅਤੇ ਇਹਦਾ ਵੀ ਤੁਹਾਨੂੰ ਮੈਂ ਦੱਸ ਦਿੰਦੀ ਹਾਂ ਕਿੰਨੀ ਚੌੜਾਈ ਜੀ, 29, ਮਤਲਬ ਫੋਲਡ ਵੀ ਹੋਇਆ ਹੋਇਆ, ਮਤਲਬ 28-29 ਤੱਕ ਤੁਹਾਡਾ ਘੇਰਾ ਰੈਡੀ ਹੋ ਜਾਊਗਾ ਸਾਈਡ ਤੋਂ, ਬਾਕੀ ਦਾ ਜਿਹੜਾ ਸਾਰਾ ਫੈਬਰਿਕ ਉਹ ਰਨਿੰਗ ਦੇ ਵਿੱਚ ਹੈ, ਠੀਕ ਹੈ, ਬੋਟਲ ਗ੍ਰੀਨ ਕਲਰ ਕੰਟਰਾਸਟ ਦਿੱਤਾ ਨਾਲ ਤੁਹਾਨੂੰ, ਤੇ ਇਹਦਾ ਪ੍ਰਾਈਸ ਆਪਾਂ ਤੁਹਾਨੂੰ ਦੇਣਾ 800 ਰੁਪਇਆ, ਇਹ ਤੁਹਾਨੂੰ ਆਪਾਂ 800 ਚ ਦੇਣਾ, ਠੀਕ ਹੈ। ਅੱਜ ਤਾਂ ਬਹੁਤ ਜ਼ਿਆਦਾ ਲੈਸ ਦੇ ਉੱਤੇ ਨੇ ਸਾਰੇ, ਅੱਜ ਤਾਂ ਮਿਸ ਕਰਨ ਵਾਲਾ ਕੋਈ ਚਾਂਸ ਹੀ ਨਹੀਂ। ਲਓ ਜੀ, ਇਹ ਵੀ ਹੈਗਾ ਜੀ ਕਰੇਪ ਦੇ ਉੱਤੇ, ਠੀਕ ਹੈ, ਕਰੇਪ ਦੇ ਉੱਤੇ ਗੋਟਾ ਪੱਤੀ ਦਾ ਵਰਕ ਹੈ, ਵੀ ਸਾਰਾ ਇਹ ਵੀ ਹੈਂਡ ਵਰਕ ਦਾ ਸੂਟ ਹੈ, ਗੋਟਾ ਪੱਤੀ ਪਲੱਸ ਦਬਕਾ, ਠੀਕ ਹੈ, ਤੇ ਚਿੜੀ ਦੇ ਉੱਤੇ ਇਸ ਤਰ੍ਹਾਂ ਹੀ ਆ, ਪਿੰਜਰੇ ਦੇ ਉੱਤੇ ਸਾਰਾ ਕੰਮ ਜਿਹੜਾ ਇਹ ਹੈਂਡ ਵਰਕ ਦਾ ਸੂਟ ਹੈ, ਪਿੰਜਰੇ ਹਾਂ, 2 ਪਿੰਜਰੇ ਬਣੇ ਹੋਏ ਆ, ਤੇ ਨੀਚੇ ਫਿਰ ਉਹ ਸਾਰੇ ਸੂਟ ਦੇ ਵਿੱਚ ਫਿਰ ਸਰੋਸਕੀ ਦਾ ਦਾਣਾ, ਠੀਕ ਹੈ, ਮਤਲਬ ਭਰਵੀਂ ਲੁੱਕ ਦਾ ਸੂਟ ਹੈ ਪੂਰਾ, ਠੀਕ ਹੈ, ਵਾਧੂ ਲੈਂਥ ਬਣ ਜਾਂਦੀ ਹੈ ਇਹਨਾਂ ਦੀ, ਠੀਕ ਹੈ, ਜਿੰਨੀ ਮਰਜ਼ੀ ਤੁਸੀਂ ਇਹਨਾਂ ਦੀ ਲੈਂਥ ਬਣਾ ਲਓ, ਕਿਉਂਕਿ ਇਹ ਜਿਹੜਾ ਆ ਨਾ ਇਹ ਵੀ ਡੀਪ ਹੁੰਦਾ, ਤੁਸੀਂ ਇਹਨੂੰ ਘੱਟ ਜੇ ਘੱਟ ਲੈਂਥ ਬਣਾਉਣੀ ਹੈ ਤਾਂ ਇਹਨੂੰ ਥੋੜ੍ਹਾ ਜਿਹਾ ਉੱਚਾ ਕੱਟ ਲੈਂਦੇ ਹਾਂ, ਠੀਕ ਹੈ, ਅਤੇ ਨਾਲ ਤੁਹਾਨੂੰ ਇਹ ਡਾਰਕ ਗ੍ਰੇ ਕਲਰ ਹੈ ਇਹਦਾ, ਬਲੈਕ ਨਹੀਂ ਹੈ, ਅਤੇ ਨਾਲ ਇਹਦਾ ਆਹ ਦੁਪੱਟਾ ਹੋਊਗਾ ਚਨੌਨ ਦਾ, ਦੇਖੋ ਗੋਟੇ ਨਾਲ ਪੂਰਾ ਲੈਸ, ਅਤੇ ਪ੍ਰਾਈਸ ਮਿਲਣਾ ਤੁਹਾਨੂੰ ਇਹਦਾ 2300 ਰੁਪਇਆ, ਕਰੇਪ ਦਾ ਸੂਟ ਚਨੌਨ ਦਾ ਦੁਪੱਟਾ ਹੈਂਡ ਵਰਕ ਦਾ 2300 ਰੁਪਏ ਤੁਹਾਡੇ ਘਰ, 2.5 ਮੀਟਰ ਦਾ ਦੁਪੱਟਾ ਹੋਊਗਾ, ਠੀਕ ਹੈ। ਨੈਕਸਟ ਇਹਦੇ 'ਚ ਸੇਮ ਦੇ ਵਿੱਚ ਕਲਰ ਹੈ, ਰਾਣੀ ਸ਼ੇਡ ਪ੍ਰੋਪਰ ਹੌਟ ਪਿੰਕ ਕਲਰ ਹੈ ਨਾ, ਠੀਕ ਹੈ, ਸੇਮ ਉਹੀ ਗਲਾ ਉਹੀ ਉਹਦੇ ਨਾਲ ਦਾ ਹੀ ਹੈ, ਅਤੇ ਇਹ ਇਹਦਾ ਦੁਪੱਟਾ ਚਨੌਨ ਦੇ ਦੁਪੱਟੇ ਲੱਗੇ ਹੋਏ ਨੇ ਵਿਦ ਗੋਟਾ ਵਰਕ ਸਾਰਾ ਕੁਛ ਕੰਪਲੀਟ, 2300 ਚ। ਲਓ ਜੀ ਅਗਲਾ ਦੇਖੋ, ਨਿਓਨ ਪੈਰਟ ਜਿਹਾ ਕਲਰ ਅਤੇ ਉਹਦੇ ਵਿੱਚ ਹੈਵੀ ਵਰਕ, ਦੇਖੋ ਤੁਸੀਂ ਪੂਰਾ ਹੈਵੀ ਵਰਕ, ਗਰਲਿਸ਼ ਲੁੱਕ ਦਾ ਪਾਰਟੀ ਵੀ ਸੂਟ ਹੈ, ਲੈਂਥ ਵਾਈਜ਼ ਜਿਹੜੇ ਸੂਟ ਹੁੰਦੇ ਨੇ ਨਾ ਘੇਰੇ ਤੋਂ ਇਲਾਵਾ ਹੁੰਦੇ ਨੇ, ਉਹ ਬਹੁਤ ਸੋਹਣੇ ਲੱਗਦੇ ਹੁੰਦੇ ਨੇ, ਗਰਲਿਸ਼ ਲੁੱਕ ਲੱਗਦੀ ਹੁੰਦੀ ਉਹਨਾਂ ਦੀ ਪਾਏ ਹਾਂ ਦੀ, ਠੀਕ ਹੈ, ਅਤੇ ਇਹ ਵੀ ਤੁਹਾਨੂੰ ਸਿਲਕ 'ਤੇ ਮਿਲਣਾ, ਠੀਕ ਹੈ, ਅਤੇ ਵਰਕ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਮੈਂ, ਵਰਕ ਇਹਨਾਂ ਦਾ ਹੈਗਾ ਜੀ ਨਲਕੀ ਵਰਕ ਹੈ, ਸਿੱਪੀ ਵਰਕ ਹੈ, ਅਤੇ ਆਰੀ ਵਰਕ ਹੈ, ਜਰੀ ਦਾ ਕੰਮ ਹੈ, ਠੀਕ ਹੈ, ਅਤੇ ਨਾਲ ਤੁਹਾਨੂੰ ਇਹਦੇ ਬਾਜੂ ਵੀ ਹੈ, ਠੀਕ ਹੈ, ਅਤੇ ਇਹਦੇ ਨਾਲ ਜਿਹੜਾ ਦੁਪੱਟਾ ਮਿਲਣਾ ਉਹ ਤੁਹਾਨੂੰ ਮਿਲਣਾ ਕੰਟਰਾਸਟ ਰਾਣੀ ਸ਼ੇਡ ਦਾ,
ਤੇ ਉਹਦੇ ਇਸ ਤਰ੍ਹਾਂ ਬਾਰਡਰ ਬਣੇ ਹੋਣਗੇ। ਔਰਗੈਂਜ਼ਾ ਦਾ ਦੁਪੱਟਾ ਹੋਊਗਾ, ਸਿਲਕ ਦਾ ਸੂਟ ਹੋਊਗਾ, ਠੀਕ ਹੈ। ਤੇ ਦੁਪੱਟਾ ਦੇਖੋ ਬਹੁਤ ਡਿਜ਼ਾਈਨਰ ਦੁਪੱਟਾ, ਬਹੁਤ ਸੋਹਣੀ ਲੁੱਕਾਂ ਨੇ ਲਏ ਹੋਏ ਜੀ ਦੁਪੱਟੇ ਦੇ। ਦੋਨੋਂ ਬਾਰਡਰ ਇਸ ਤਰ੍ਹਾਂ ਹੈਵੀ ਹੋਣਗੇ, ਠੀਕ ਹੈ। ਹੈਂਡਵਰਕ ਦਾ ਸੂਟ ਹੈ, ਇਹਦੇ ਵਿੱਚ ਵੀ ਬੂਟੀ ਹੈਂਡਵਰਕ ਦੀ ਹੋਊਗੀ। ਤੇ ਪ੍ਰਾਈਸ ਮਿਲਣਾ ਤੁਹਾਨੂੰ ਇਹਦਾ ਅੱਜ 2200 ਰੁਪਇਆ, ਅੱਜ ਤੁਹਾਨੂੰ ਸਿਰਫ ਇਹ 2200 ਚ ਦੇ ਦੇਣੀ ਹੈ। ਸਾਡੇ ਤੇ ਯਕੀਨ ਕਰਕੇ ਮੰਗਵਾ ਲਿਓ, ਬਹੁਤ ਸੋਹਣੇ ਸੂਟ ਆਉਣ ਵਾਲੇ ਆ, ਇਸ ਪ੍ਰਾਈਸ ਚ ਪੋਸੀਬਿਲਟੀ ਨਹੀਂ ਹੈ, ਠੀਕ ਹੈ। ਲਓ ਜੀ ਅਗਲਾ ਆ ਗਿਆ ਜੀ ਔਰਗੈਂਜ਼ਾ ਦੇ ਉੱਤੇ, ਠੀਕ ਹੈ। ਲਓ ਇਹ ਆ ਗਿਆ ਜੀ ਜਰੀ ਵਰਕ, ਐਂਟੀਕ ਕਲਰ ਦੀ ਜਿਹੜੀ ਜਰੀ ਹੁੰਦੀ ਆ ਉਸ ਟਾਈਪ ਦਾ ਵਰਕ ਹੈ, ਠੀਕ ਹੈ। ਤੇ ਨਾਲ ਘੇਰਾ ਆ ਗਿਆ, ਪਹਿਲਾਂ ਪੈਨਲ, ਫਿਰ ਵਿੱਚ ਪੈਨਲ ਦੀ ਵੀ ਬੂਟੀ, ਫਿਰ ਘੇਰੇ ਦੇ ਉੱਤੇ ਇਸ ਤਰ੍ਹਾਂ, ਠੀਕ ਹੈ। ਗਰਲਿਸ਼ ਲੁੱਕ ਦਾ ਸੂਟ ਹੈ ਤਾਂ ਘੇਰਾ ਵੀ ਉਸ ਹਿਸਾਬ ਨਾਲ ਹੀ ਹੋਊਗਾ, ਬਾਈ ਬਾਈ ਰੈਡੀ ਹੋ ਜੂਗਾ ਮਤਲਬ ਤੁਹਾਡਾ, ਹੈ। ਤੇ ਪਲੱਸ ਲੈਂਥ ਦੀ ਲੋੜ ਨਹੀਂ, ਲੈਂਥ ਬਹੁਤ ਬਣ ਜਾਂਦੀ ਹੈ। ਸਿਲਕ ਦੀ 3 ਮੀਟਰ ਦੀ ਬੋਟਮ ਹੋਊਗੀ, ਮਸਟਰਡ ਕਲਰ ਹੈ। ਤੇ ਦੁਪੱਟਾ ਤੁਹਾਨੂੰ ਇਹਦੇ ਨਾਲ ਮਿਲੂਗਾ ਚਨੌਨ ਦਾ, ਤੇ ਉਹ ਵੀ ਵਰਕ ਨਾਲ, ਜਰੀ ਵਰਕ ਉਹਦੇ 'ਤੇ ਵੀ ਹੋਊਗਾ। ਲਓ ਸਾਰੇ 'ਚ ਬੂਟੀ ਹੋਊਗੀ, ਅਤੇ ਫਿਰ ਇੱਕ ਸਾਈਡ ਇਹ ਹੈਵੀ ਵੇਲ ਹੈ, ਇੱਕ ਪਾਸੇ ਛੋਟੀ ਵੇਲ ਹੈ, ਠੀਕ ਹੈ। ਅਤੇ ਇੱਧਰੋਂ ਵੀ ਸਕੈਲਪਿੰਗ ਹੋਈ ਵੀ ਹੋਊਗੀ ਜਰੀ ਨਾਲ, ਠੀਕ ਹੈ। ਅਤੇ ਪ੍ਰਾਈਸ ਮਿਲੂਗਾ ਤੁਹਾਨੂੰ ਇਹਦਾ ਅੱਜ 1900 ਰੁਪਇਆ, ਇਹ ਤੁਹਾਨੂੰ 1900 'ਚ ਦੇਣਾ ਆਪਾਂ। ਲਓ ਜੀ ਇਹ ਵੀ ਤੁਹਾਨੂੰ ਮਿਲਣਾ ਹੈ ਹੈਂਡਵਰਕ ਦਾ ਸੂਟ, ਔਰਗੈਂਜ਼ਾ ਦੇ ਉੱਤੇ ਸੌਫਟ ਔਰਗੈਂਜ਼ਾ ਹੋਊਗਾ, ਹੈਂਡਵਰਕ ਦਾ ਸੂਟ ਹੈ, ਠੀਕ ਹੈ। ਔਰਗੈਂਜ਼ਾ ਜਿਹੜਾ ਹੁੰਦਾ ਇਹ ਗਰਮੀ ਸਰਦੀ ਦੋਨੋਂ ਮੌਸਮਾਂ 'ਚ ਪੈਂਦਾ ਹੈ, ਠੀਕ ਹੈ। ਗਰਮੀਆਂ ਦੇ ਮੌਸਮ ਵਿੱਚ ਵੀ ਤੁਸੀਂ ਇਹਨੂੰ ਆਰਾਮ ਨਾਲ ਵੀਅਰ ਕਰ ਸਕਦੇ ਹੋ, ਬਿਲਕੁਲ ਚੁਭਣ ਨਹੀਂ ਹੋਊਗੀ, ਕੁਛ ਨਹੀਂ ਹੋਊਗਾ, ਠੀਕ ਹੈ। ਪਲਸ ਦਾ ਕੰਮ ਹੈ, ਦਬਕੇ ਦਾ ਕੰਮ ਹੈ, ਆਪਣਾ ਤਿੱਲੇ ਜਰੀ ਦਾ ਕੰਮ ਹੈ, ਸਿੱਪੀ ਵਰਕ ਹੈ, ਠੀਕ ਹੈ ਪੂਰੇ ਦੇ ਉੱਤੇ। ਇਹ ਤਾਂ ਹੋ ਗਿਆ ਸਾਡੇ ਗਲੇ 'ਤੇ, ਅਤੇ ਇਹ ਤੁਹਾਡੇ ਕੋਲ ਜਿਵੇਂ ਆਪਾਂ ਫਰੋਕ ਬੈਲਟ ਜੀ ਬਣਾਉਣੀ ਹੈ ਕਮਰ 'ਤੇ ਉੱਥੇ ਆਊਗਾ, ਅਤੇ ਬਟਨ ਟੋਟਲੀ ਆਪਣਾ ਬਟਨ ਲਗਾ ਕੇ ਮੜਵੇਂ ਨੂੰ ਰੈਡੀ ਕੀਤਾ, ਅਤੇ ਨੀਚੇ ਦਾਣਾ ਜਰੀ ਦਾ, ਠੀਕ ਹੈ। ਅਤੇ ਇੱਧਰੋਂ ਬਾਜੂ ਬਹੁਤ ਡਿਜ਼ਾਈਨਰ ਬਣਾ ਕੇ ਦਿੱਤੇ ਆ, ਇਹ ਸ਼ੋਲਡਰ 'ਤੇ ਆਊਗਾ ਸਾਰਾ ਡਿਜ਼ਾਈਨ, ਠੀਕ ਹੈ। ਅਤੇ ਇਹ ਤੁਹਾਡੇ ਇੱਥੇ ਆਊਗਾ ਮੂਹਰੀ 'ਤੇ, ਠੀਕ ਹੈ ਜੀ। ਬਾਜੂ ਤੁਹਾਨੂੰ ਹੈਵੀ ਦਿੱਤੇ ਆ ਨਾਲ, ਪੂਰਾ ਮੂਹਰੀ ਫਰੰਟ ਦੇ ਉੱਤੇ ਵੀ ਵਰਕ ਦਿੱਤਾ ਸਾਰਾ, ਠੀਕ ਹੈ। ਅਤੇ ਨਾਲ ਤੁਹਾਨੂੰ ਇਹਦੇ 3 ਮੀਟਰ ਦੀ ਸਿਲਕ ਦੀ ਸਲਵਾਰ ਦੇਣੀ ਹੈ, ਅਤੇ ਨਾਲ ਚਨੌਨ ਦਾ ਦੇਣਾ ਦੁਪੱਟਾ, ਉਹ ਵੀ ਪੂਰਾ ਹੈਵੀ। ਲਓ ਚਾਰ ਚਾਰ ਲਾਈਨਾਂ ਗੋਟੇ ਦੀਆਂ ਚਲਾ ਕੇ ਰੈਡੀ ਕੀਤਾ ਹੋਇਆ, ਠੀਕ ਹੈ। ਦੋਨੋਂ ਪਾਸੇ ਚਾਰ ਚਾਰ ਲਾਈਨਾਂ ਗੋਟੇ ਦੀਆਂ, ਅਤੇ 2.5 ਮੀਟਰ ਤੋਂ ਪਲੱਸ ਹੋਊਗਾ, ਘੱਟ ਨਹੀਂ ਹੋਊਗਾ। ਅਤੇ ਪੂਰਾ ਏ ਕਲਾਸ ਫੈਬਰਿਕ ਨਾਲ ਉਹਨੂੰ ਗੋਟਾ ਲਾ ਕੇ ਫਾਈਨਲ ਕੀਤਾ। ਇਹਦਾ ਵੀ ਤੁਹਾਨੂੰ ਅੱਜ ਪ੍ਰਾਈਸ ਮਿਲਣਾ ਹੈ 2300, ਠੀਕ ਹੈ। ਹੈਂਡਵਰਕ ਦਾ ਸੂਟ, ਖੂਬਸੂਰਤ ਕਲਰ ਕੋਂਬੀਨੇਸ਼ਨ, ਸਭ ਕੁਛ ਸਿਰਫ 2300 ਚ ਤੁਹਾਨੂੰ ਮਿਲ ਜਾਣਾ। ਇਸੇ ਫੈਬਰਿਕ ਦੇ ਵਿੱਚ ਡਿਜ਼ਾਈਨਿੰਗ ਥੋੜੀ ਚੇਂਜ, ਹਾਂ ਥੋੜਾ ਜਿਹਾ ਡਿਜ਼ਾਈਨ ਚੇਂਜ ਕਰਕੇ ਬਣੀ ਹੋਇਆ। ਇਹਦੀ ਜੈਕਟ ਬਣੀ ਹੋਈ ਹੈ ਸਾਰੀ ਥਰੈਡ ਵਰਕ ਦੀ, ਠੀਕ ਹੈ। ਸਿੱਪੀ ਵਰਕ, ਪਰਲਸ ਦਾ ਕੰਮ ਤੇ ਥਰੈਡ ਵਰਕ, ਠੀਕ ਹੈ। ਬਹੁਤ ਸੋਹਣੀ ਜੈਕਟ ਬਣੀ ਹੈ, ਫਰੋਕ ਸਟਾਈਲ ਦੇ ਵਿੱਚ ਜਿਵੇਂ ਆਪਾਂ ਬਣਾਉਣੀ ਹੈ ਉਸ ਤਰ੍ਹਾਂ, ਠੀਕ ਹੈ। ਚੈਸਟ ਏਰੀਆ ਸਾਰਾ, ਤੇ ਇਹ ਆ ਗਿਆ ਤੁਹਾਡੇ ਕੋਲ ਥਰੈਡ ਵਰਕ ਦੀਆਂ ਲਾਈਨਸ ਪਲੱਸ ਵਿੱਚ ਸਿੱਪੀ। ਇੱਧਰ ਆ ਗਿਆ ਬਾਜੂ, ਇਹ ਡਿਜ਼ਾਈਨ ਬਾਜੂ 'ਤੇ ਮਿਲਣਾ ਤੁਹਾਨੂੰ, ਠੀਕ ਹੈ। ਅਤੇ ਲੈਂਥ ਵਗੈਰਾ ਦੀ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ ਮਿਲਣ ਦੀ, ਕਿਉਂਕਿ ਉਹੀ ਜਿਹੜੀ ਪੈਟ ਜੀ ਹੁੰਦੀ ਹੈ 42-43 ਉਹ ਤੁਹਾਡੀ ਰੈਡੀ ਹੋ ਜਾਣੀ ਹੈ ਇਹਨਾਂ ਦੀ, ਠੀਕ ਹੈ। ਅਤੇ ਆ ਇਹਨਾਂ ਦਾ ਹੋ ਗਿਆ ਬੋਟਮ 3 ਮੀਟਰ ਦਾ, ਇਹ ਹੋ ਗਿਆ ਚਨੌਨ ਦਾ ਦੁਪੱਟਾ। ਲਓ ਦੁਪੱਟਾ ਦੇਖੋ, ਤੁਸੀਂ ਐਂ ਸਮਝ ਲਓ ਕਿ ਦੁਪੱਟਾ ਖਰੀਦ ਲਿਆ, ਖੁੱਲ੍ਹਾ ਡੁੱਲਾ ਅਤੇ ਪੂਰਾ
ਰੈਡੀ ਤੇ ਰੰਗ ਵੀ ਬਹੁਤ ਸਪੈਸ਼ਲ ਤੇ ਇਹ ਤੁਹਾਨੂੰ ਦੇਣਾ ਅੱਜ ਆਪਾਂ 2300 ਰੁਪਏ ਚ ਠੀਕ ਹੈ ਚਨੌਨ ਦੇ ਦੁਪੱਟੇ ਨਾਲ 2300 ਰੁਪਏ ਦੇ ਵਿੱਚ ਸੂਟ ਤੁਹਾਡੇ ਘਰ ਲੋ ਜੀ ਇਹ ਸਾਡੇ ਕੋਲ ਸਿੰਗਲ ਪੀਸ ਹੀ ਹੈ ਠੀਕ ਹੈ ਇਹ ਰਿਪੀਟ ਦੇ ਵਿੱਚ ਆ ਕੇ ਬਚਿਆ ਸਾਡੇ ਕੋਲ ਲੋ ਜੀ ਇਹ ਹੈਗਾ ਜੀ ਔਰਗੈਂਜ਼ਾ ਔਰਗੈਂਜ਼ਾ ਦੇ ਉੱਤੇ ਹੈ ਬ੍ਰਸ਼ ਪੇਂਟ ਦਾ ਕੰਮ ਹੈ ਮਿਰਰ ਵਰਕ ਹੈ ਠੀਕ ਹੈ ਓਰੀਜਨਲ ਮਿਰਰ ਲੱਗੀ ਹੋਈ ਨਹੀਂ ਸਾਰੇ ਅਤੇ ਬ੍ਰਸ਼ ਦੇ ਬ੍ਰਸ਼ ਪੇਂਟ ਦੇ ਉੱਤੇ ਫਿਰ ਗੋਟਾ ਪੱਤੀ ਪਲੱਸ ਆਰੀ ਵਰਕ ਦੇ ਨਾਲ ਥਰੈਡ ਵਰਕ ਹੋਇਆ ਵੀ ਹੈ ਠੀਕ ਹੈ ਪੂਰਾ ਐਨ ਲਸ਼ ਲਸ਼ ਕਰਦਾ ਸੂਟ ਹੈ ਸੁੱਕੀ ਮਹਿੰਦੀ ਜੀ ਵਰਗਾ ਹਾਂਜੀ ਕਲਰ ਹੈ ਹਨਾ ਹਲਕਾ ਜਿਹਾ ਕਲਰ ਹੈ ਅਤੇ ਆਹ ਪੂਰਾ ਹੈਵੀ ਬਾਹਾਂ ਦੇ ਉੱਤੇ ਵਰਕ ਮਿਲੂਗਾ ਤੁਹਾਨੂੰ ਠੀਕ ਹੈ ਹੈਂਡ ਪੇਂਟ ਦਾ ਅਤੇ ਵਰਕ ਦਾ ਸੂਟ ਹੈ ਅਤੇ ਨਾਲ ਤੁਹਾਨੂੰ ਮਿਲੂ ਇਹਦੇ ਇਹ ਆਬੂਦਾਈ ਸਿਲਕ ਦੀ ਸਲਵਾਰ ਠੀਕ ਹੈ 3 ਮੀਟਰ 3 ਮੀਟਰ ਅਤੇ ਨਾਲ ਔਰਗੈਂਜ਼ਾ ਦਾ ਹੀ ਮਿਲੂਗਾ ਦੁਪੱਟਾ ਉਹਦੇ ਉੱਤੇ ਵੀ ਸਾਰੇ ਦੇ ਉੱਤੇ ਬ੍ਰਸ਼ ਪੇਂਟ ਠੀਕ ਹੈ ਨਾਲੇ ਬ੍ਰਸ਼ ਪੇਂਟ ਅਤੇ ਪਲੱਸ ਇਹ ਸਕੈਲਪਿੰਗ ਥਰੈਡ ਦੀ ਠੀਕ ਹੈ 2.5 ਮੀਟਰ ਦਾ ਦੁਪੱਟਾ ਹੋਊਗਾ ਲੋ ਪੂਰਾ ਹੈਵੀ ਠੀਕ ਹੈ ਬ੍ਰਸ਼ ਪੇਂਟ ਫੈਸ਼ਨ ਚ ਵੀ ਆ ਰਿਹਾ ਹੁਣ ਇਸ ਸਾਲ ਤੇ ਪ੍ਰਾਈਸ ਮਿਲਣਾ ਤੁਹਾਨੂੰ ਇਹਦਾ ਅੱਜ 2000 ਰੁਪਇਆ ਸਿਰਫ 2000 ਚ ਸੂਟ ਤੁਹਾਡੇ ਘਰ ਆ ਜਾਣਾ ਹੈ ਔਰਗੈਂਜ਼ਾ ਦੇ ਉੱਤੇ ਹੈ ਮੈਰੂਨ ਕਲਰ ਹੈ ਲਓ ਜੀ ਦੇਖੋ ਬ੍ਰਸ਼ ਪੇਂਟ ਹੋਇਆ ਹੋਇਆ ਠੀਕ ਹੈ ਅਤੇ ਨਾਲ ਸਿੱਪੀ ਵਰਕ ਹੈ ਠੀਕ ਹੈ ਸੋਬਰ ਜਿਹਾ ਹੋਇਆ ਹੋਇਆ ਅਤੇ ਇਹ ਸਾਰਾ ਥਰੈਡ ਵਰਕ ਪਲੱਸ ਪਰਲਸ ਦਾ ਕੰਮ ਅਤੇ ਨਾਲ ਮੈਰੂਨ ਕਲਰ ਦੀ ਨਲਕੀ ਦਾ ਕੰਮ ਵੀ ਹੋਇਆ ਹੋਇਆ ਠੀਕ ਹੈ ਸਾਰਾ ਘੇਰੇ ਦੇ ਉੱਤੇ ਅਤੇ ਘੇਰਾ ਮੈਂ ਤੁਹਾਨੂੰ ਦੱਸ ਨਹੀਂ ਵੈਸੇ ਭਾਈ 'ਤੇ ਹੀ ਹੋਊਗਾ ਆਮ ਤੌਰ 'ਤੇ ਇੰਨਾ ਕੀ ਹੁੰਦਾ ਗਰਲਿਸ਼ ਜੀ ਲੁੱਕਣ ਲਈ ਸੂਟਾਂ ਦਾ 25 ਠੀਕ ਹੈ ਅਤੇ ਨਾਲ 3 ਮੀਟਰ ਦੀ ਇਹ ਸਿਲਕ ਦੀ ਬੋਟਮ ਪਲੱਸ ਇਹ ਦੁਪੱਟਾ ਠੀਕ ਹੈ ਸਾਰੇ ਦੇ ਵਿੱਚ ਬ੍ਰਸ਼ ਪੇਂਟ ਵੀ ਹੈ ਅਤੇ ਪੂਰਾ ਹੈਵੀ ਦੋਨੋਂ ਬਾਰਡਰ ਦੇ ਉੱਤੇ ਕੰਮ ਹੈ ਠੀਕ ਹੈ ਥਰੈਡ ਵਰਕ ਦੋਨੋਂ ਬਾਰਡਰ ਦੇ ਉੱਤੇ ਇਹਦਾ ਵੀ ਤੁਹਾਨੂੰ ਪ੍ਰਾਈਸ ਦੇਣਾ ਆਪਾਂ ਅੱਜ 2000 ਠੀਕ ਹੈ 2000 'ਚ ਸੂਟ ਤੁਹਾਡੇ ਘਰ ਆ ਜਾਣਾ ਇੰਨਾ ਹੈਵੀ ਠੀਕ ਹੈ ਹੁਣ ਤੁਹਾਨੂੰ ਦਿੰਦੇ ਹਾਂ ਆਪਾਂ ਇੱਕ ਸੂਟ ਸੈਮੀ ਸਟਿਚ ਇਹ ਆਪਾਂ ਤੁਹਾਨੂੰ ਸ਼ੇਰਵਾਨੀ ਟਾਈਪ ਐਵੇਂ ਬਣਿਆ ਹੋਇਆ ਅਤੇ ਇਹਦੇ ਇੱਥੇ ਸਾਰਾ ਥਰੈਡ ਵਰਕ ਹੈ ਵੀ ਨਾਲ ਸਿੱਪੀ ਵਰਕ ਠੀਕ ਹੈ ਫਿਰ ਆ ਗਿਆ ਇਹਦੇ ਵਿੱਚ ਜਰੀ ਦਾ ਵਰਕ ਠੀਕ ਹੈ ਵੀ ਪਲੱਸ ਥਰੈਡ ਵਰਕ ਪਲੱਸ ਐਂਟੀਕ ਸਟਾਈਲ ਦੇ ਵਿੱਚ ਦਬਕੇ ਦਾ ਕੰਮ ਹੋਇਆ ਵਿਆ ਸਟੋਨ ਵਰਕ ਹੋਇਆ ਵਿਆ ਠੀਕ ਹੈ ਪੂਰਾ ਹੈਵੀ ਵਰਕ ਹੋਇਆ ਵਿਆ ਪੂਰਾ ਅਤੇ ਵਿੱਚੋਂ ਇਹ ਮਤਲਬ ਸ਼ੇਰਵਾਨੀ ਟਾਈਪ ਇਹਨੂੰ ਰੈਡੀ ਕੀਤਾ ਅਤੇ ਨੀਚੇ ਆ ਕੇ ਘੇਰੇ ਦੇ ਉੱਤੇ ਇਸ ਤਰ੍ਹਾਂ ਦਾ ਬਾਰਡਰ ਵਰਕ ਹੈ ਠੀਕ ਹੈ ਅਤੇ ਇਹਦੇ ਆਹ ਜਿਹੜੀ ਆਹ ਚੀਜ਼ ਕੀਤੀ ਹੋਈ ਹੈ ਇਹ ਪੂਰੇ ਲੈਂਥ ਦੇ ਹੈ ਜਿੱਥੋਂ ਤੱਕ ਮਰਜ਼ੀ ਤੁਸੀਂ ਚੌਕ ਰੱਖ ਸਕਦੇ ਹੋ ਠੀਕ ਹੈ ਮਤਲਬ ਤੁਹਾਨੂੰ ਇਹ ਸਿਰਫ ਇੱਕ ਸੀਨ ਦੇ ਕੇ ਤੁਹਾਡੀ ਫਿਟਿੰਗ ਟੇਲਰ ਨੇ ਠੀਕ ਹੈ ਅਤੇ ਇਹਦਾ ਜਿਹੜਾ ਫਰੰਟ ਫੈਬਰਿਕ ਹੈ ਉਹ ਹੈਗਾ ਚਨੌਨ ਦੇ ਉੱਤੇ ਠੀਕ ਹੈ ਅਤੇ ਜਿਹੜਾ ਬੈਕ ਹੈਗਾ ਉਹ ਹੈਗਾ ਸਿਲਕ ਦੇ ਉੱਤੇ ਠੀਕ ਹੈ ਬਾਹਾਂ 'ਤੇ ਬੈਕ ਅਤੇ ਹੁਣ ਤੁਹਾਨੂੰ ਇਹਦੀ ਬੈਕ ਸਾਈਡ ਦਿਖਾਉਣੀ ਹੈ ਕਿੰਨੇ ਸੋਹਣੇ ਸੂਟ ਦੀ ਬੈਕ ਸਾਈਡ ਬਹੁਤ ਸੋਹਣੀ ਤਾਜ ਮਹਿਲ ਬਣਿਆ ਹੋਇਆ ਐਂਟੀਕ ਦਬਕਾ ਲਾ ਕੇ ਠੀਕ ਹੈ ਦੋ ਕਲਰਸ ਦਾ ਦਬਕਾ ਲੱਗਿਆ ਹੋਇਆ ਉਹਦੇ ਨਾਲ ਰੈਡੀ ਹੋਇਆ ਅਤੇ ਨਾਲ ਜਿਹੜੀਆਂ ਇਹਦੀਆਂ ਬਾਜੂ ਹੈ ਉਹਦੇ ਉੱਤੇ ਇਸ ਤਰ੍ਹਾਂ ਡਿਜ਼ਾਇਨਿੰਗ ਕੀਤੀ ਹੋਈ ਹੈ ਠੀਕ ਹੈ ਬੈਕ ਐਂਡ ਫਰੰਟ ਦੋਨੋਂ ਤੁਹਾਡੀ ਡਿਜ਼ਾਇਨਰ ਹੈ ਲੈਂਥ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਬੈਕ ਦੇ ਬਾਰਡਰ ਦੇ ਉੱਤੇ ਵੀ ਇਸ ਤਰ੍ਹਾਂ ਡਿਜ਼ਾਇਨਿੰਗ ਕੀਤੀ ਹੋਈ ਹੈ
ਕਲਰਫੁਲ ਤੇ ਲੈਂਥ ਮੈਂ ਤੁਹਾਨੂੰ ਇਹਦੀ ਦੱਸ ਦਿੰਦੀ ਹਾਂ ਕਿੰਨੀ ਇਹਦੀ ਚੌੜਾਈ ਦੀ ਦੱਸ ਦਿੰਦੀ ਆਪਾਂ ਲਓ ਜੀ ਪਹਿਲਾਂ ਤੁਹਾਨੂੰ ਚੌੜਾਈ ਦੱਸੀਏ ਚੌਵੀ ਠੀਕ ਹੈ ਤੇ ਲੈਂਥ ਤੁਹਾਨੂੰ ਦੱਸ ਦਿੰਦੀ ਹਾਂ ਪਰ ਲੈਂਥ ਐਡਜਸਟੇਬਲ ਹੈ ਕਿਉਂਕਿ ਜਿਹੜੀ ਨੀਚੇ ਉਹ ਬਾਰਡਰ ਵਾਲਾ ਦਿਖ ਰਿਹਾ ਤੁਹਾਨੂੰ ਉਹ ਰਿਮੂਵੇਬਲ ਹੈ ਪੱਟੀ 49 ਹੁਣ ਇਹਦੀ ਠੀਕ ਹੈ 49 ਹੈ ਪਰ ਤੁਸੀਂ ਆਰਾਮ ਨਾਲ ਵੱਧ ਘੱਟ ਕਰ ਸਕਦੇ ਹੋ ਨੀਚੇ ਕਰਾ ਸਕਦੇ ਹੋ ਠੀਕ ਹੈ 49 ਲੈਂਥ ਹੈ ਇਹਦੀ ਤੇ ਇਹਦਾ ਵੀ ਤੁਹਾਨੂੰ ਜਿਹੜਾ ਬੋਟਮ ਮਿਲੂਗਾ ਪਿਓਰ ਟਾਫਟਾ ਦੀ ਜਿਹੜੀ ਬੋਟਮ ਬਣਾਉਣ ਵਾਸਤੇ ਟਾਫਟਾ ਆਉਂਦਾ ਪਿਓਰ ਟਾਫਟਾ ਦਾ ਇਹਦਾ ਬੋਟਮ ਹੋਊਗਾ ਤੇ ਪਿਓਰ ਦਾ ਹੋਊਗਾ ਇਹਦੇ ਨਾਲ ਦੁਪੱਟਾ 2.25 ਮੀਟਰ ਦਾ ਠੀਕ ਹੈ ਹਲੋ ਤੇ ਉਹਨੂੰ ਗੋਟਾ ਲੱਗਿਆ ਹੋਇਆ ਹੋਊਗਾ ਇਹ ਆਪਾਂ ਤੁਹਾਨੂੰ ਦੇ ਦੇਣਾ ਕਿਉਂਕਿ ਸਾਡੇ ਕੋਲ ਸਿੰਗਲ ਹੀ ਪੀਸ ਹੈ ਇਹ ਆਪਾਂ ਤੁਹਾਨੂੰ ਦੇ ਦੇਣਾ ਹੈ ਸਿਰਫ 1400 ਰੁਪਏ ਠੀਕ ਹੈ ਲਓ ਜੀ ਇਹ ਸੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਈ ਹੋਊਗੀ ਇੱਕ ਵਾਰੀ ਮੈਂ ਫਿਰ ਕਹਿ ਦਿਆਂ ਕੋਈ ਵੀ ਸੂਟ ਛੱਡਣ ਵਾਲਾ ਨਹੀਂ ਬਹੁਤ ਜ਼ਿਆਦਾ ਡਿਸਕਾਊਂਟ ਦਿੱਤਾ ਸੀ ਤੁਹਾਨੂੰ ਇਹਨਾਂ ਦੇ ਉੱਤੇ ਆਪਣੇ ਇੱਕ ਸਟੋਕ ਕਲੀਅਰ ਕਰਨ ਲਈ ਠੀਕ ਹੈ ਅਤੇ ਜਸਟ ਪਿੱਕ ਨੇ ਸਾਰੇ ਸੂਟ ਵਿਸ਼ਵਾਸ ਨਾਲ ਤੁਸੀਂ ਲੈ ਸਕਦੇ ਹੋ ਜੋ ਅਸੀਂ ਤੁਹਾਨੂੰ ਐਕਸਪਲੇਨ ਕੀਤਾ ਸੇਮ ਹੀ ਚੀਜ਼ ਆਊਗੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਆਪਾਂ ਫਿਰ ਲੱਕੀ ਕਮੈਂਟਰ ਕੱਢ ਕੇ ਫ੍ਰੀ ਦਾ ਸੂਟ ਤੁਹਾਡੇ ਘਰ ਭੇਜਾਂਗੇ ਅਤੇ ਮਿਲਦੇ ਹਾਂ ਜੀ ਫਿਰ ਕਿਸੇ ਹੋਰ ਸੋਹਣੀ ਜਿਹੀ ਵੀਡੀਓ ਨਾਲ